ਸਿਆਣੇ ਮੇਰੇ ਕੋਲ ਅਰ ਸੁਣੋ ਦੂ ਮੈਂ ਅਰਦੇ ਸਿਆਣੇ ਦੇ ਰਹਿਣਾ ਕਿਨੇ ਕਿ ਪੁੱਛੋ ਸਨ 85 ਆ ਤੁਹਾਡੇ ਕੋਲ ਕਿਆ ਹੈ ਮੁਲਤਾਨ ਤੱਕ ਮਕਾਨ ਕਹਿਣਾ ਯਕੀਨ ਕਰੋ 1 ਲੱਖ ਰੁਪਏ ਦੀ ਗੱਦੀ ਹੈ ਹੁਣ ਪਤਾ ਨਹੀਂ ਮੈਂ ਬੜੀ ਸਾਰੀ ਜ਼ਮੀਨ ਹੀ ਯਕੀਨ ਕਰੋ ਗਿਣ ਸਕਦਾ ਪਰ ਮੇਰੀ ਉਠਾਈ ਦੇ ਉਠਾਈ ਖੜੀ ਹੈ 85 ਕਿਲ ਅੱਜ ਤੱਕ ਮੈਂ ਕਿ ਹਿਸਾਬ ਗਿਲੋ ਚ ਇਹ ਕਿ ਹਿਸਾਬ ਗਿਲੋ ਪਿੱਛੇ ਵੋਟ ਦੇ ਜਾ ਕੁਮਰ ਜੀ ਆਲੇ ਬਾਬਾ ਗਾਲਾ ਮੈਂ ਤੇ ਏਅਰ ਕੰਡੀਸ਼ਨ ਨਹੀਂ ਪਾਉਂਦਾ ਗਰੀਬੇ ਨਾਲ ਬੈਠਾ ਭਾਵੇਂ ਗਰਮੀ ਹੋਵੇ ਹਾੜ ਹੋਵੇ ਸਿਆਲ ਹੋਵੇ ਉੱਥੇ ਹੀ ਬੈਠਾ ਬਾਹਰੋਂ ਬੈਠਾ ਇਕੱਠੇ ਬੈਠਾ ਹੁਣ ਜਲਾ ਕਰਦੇ ਲਸੂੜੀ ਥੱਟੀ ਗਰੀਬਾਬਾਦ ਇਨਸ਼ਾਅੱਲਾ ਮੇਰਾ ਵਾਅਦਾ ਹੈ ਠੀਕ ਹੈ ਮੈਂ ਅੱਗੇ ਵੀ ਮੈਂ ਵਾਅਦਾ ਕੀਤਾ ਸੀ ਗਿਆ ਸਾ ਠੀਕ ਹੈ ਮਿਲਾ ਦਾ ਫਾਹਮ ਅੱਲਾ ਦੇ ਕੋਲ ਠੀਕ ਹੈ ਅਰਜ਼ੇ ਬਾਬਾ ਇਹ ਸਿਆਣੇ ਠੀਕ ਹੈ ਨਾ ਸਰ ਗਾਲੇ ਠੀਕ ਹੈ ਗਾਲੇ ਗਰੀਬ ਨਾਲ ਬਾਂਧੇ ਗਰੀਬ ਨਾਲ ਬਾਂਧੇ ਔੜੀ ਮੈਂ ਇਨਸ਼ਾਅੱਲਾ ਮੈਂ ਤੁਹਾਨੂੰ ਆਪਣਾ ਗਾਲਾ ਪੁੱਤ ਦਿੱਤੇ ਗਾਲੀ ਫੀ ਦਿੱਤੀ ਹੈ ਗਾਲਾ ਫਿਲਹਾਲ ਦਿੱਤਾ ਇਸ ਵਾਸਤੇ ਸਭ ਕੋਈ ਇਹੋ ਜਿਹਾ ਸਿਆਣੇ ਨਹੀਂ ਚਾਹੀਦੇ ਸਰ ਗਾਲੇ ਠੀਕ ਹੈ ਲਿਆਦਾ ਮਿਹਰਬਾਨੀ ਕਰਕੇ ਇਹਨਾਂ ਦੀ ਗਾਲੀ ਇੰਨਾ ਉਹ ਇਹ 25 ਤੱਕ 25 ਕੁ ਮਿਲਸਣ ਕਹਿਣਾ ਅਸਾਂ ਮੈਂ ਆਪਣੀ ਜ਼ਿੰਦਗੀ ਹੱਥ ਪੈਰ ਹਲਦਨ ਪੁੱਤਰ ਕੋ ਤੇ ਬਿਲਾਲ ਕੋ ਗੋਤੇ ਇਸ ਵਾਸਤੇ ਕੀਤੇ ਮੇਰੀ ਬੇਟੀ ਐਮ ਐਨ ਏ ਬੜੀ ਖੜੀ ਹੈ ਅੱਲਾ ਦੇ ਕੋਲ ਤੁਹਾਡੀ ਤਾਕਤ ਨਾਲ ਅਗਰ ਇੱਕੋ ਸਾਫੂ ਐਮ ਐਨ ਏ ਪਲੱਸ ਹੋ ਰਜ਼ਾ ਕੋ ਇਹ ਬਣ ਰਹੀ ਇਹ ਬੜੀ ਖੜੀ ਹੈ ਇਹ ਤੁਹਾਡੀ ਇੱਕ ਵੋਟ ਦੇਦੇ ਪਏ ਨੂੰ ਐਮ ਐਨ ਏ ਗਿਣਦੇ ਪਏ ਇਨਸ਼ਾਅੱਲਾ ਛੋਟੇ ਵੱਡੇ ਦੀ ਗੱਲ ਨਾ ਕਰੋ ਮਿਹਰਬਾਨੀ ਕਰੋ ਦੂਹੇ ਵੋਟ ਦਿਓ ਦੂਹੇ ਦੇ ਸੋ ਤੇ ਅਸਾਂ ਕੋਈ ਤੁਹਾਡੇ ਕੋਈ ਕੰਮ ਕਰ ਸਕਦੂ ਕਿਸੇ ਖਾਦੀ ਕਰੇ ਸਾਡੇ ਗਿਰਵਾਨ ਹਾਜ਼ਰ ਹੈ ਜ਼ਿਆਦਾ ਮੈਂ ਤੁਹਾਨੂੰ ਵਕਤ ਕੀਤਾ ਮੇਰੀ ਤੁਹਾਡੀ ਧੀ ਤੁਹਾਡੀ ਭੈਣ ਉਹ ਦੂਜੀ ਗੱਲ ਹੈ ਕਿ ਇਹ ਅਸਲ ਸਹੀ ਕਿ ਗਿਣਾ ਬੀਬੀ ਕਿਉਂ ਆਈ ਉਹ ਅੱਲਾ ਦੇ ਬਦਿਓ ਪਰ ਵੋਟ ਨਾ ਗਿਣਾਏ ਮੈਂ ਉਹ ਧੀ ਦੀ ਭੈਣੀ ਕੂੰ ਕਿ ਵੋਟ ਨਾ ਗਿਲੋ ਬਸ ਵੋਟ ਆਪਣਾ ਮਰਦਾਂ ਦਾ ਗਿਲੋ ਉਹ ਆਈ ਵਧੀਆ ਕਿ ਤੁਹਾਡਾ ਫਾਇਦਾ ਕਰੇ ਸੀ ਪਹਿਲੇ ਫਲੱਡ ਆਏ ਫਲੱਡ ਸੀ ਹਰ ਜਾ ਕੇ ਗਈ ਹੈ ਗੁਨਾਹ ਕੀਤੇ ਹੁਣ ਕੋਈ ਗੁਨਾਹ ਕੀਤੇ ਮਿਹਰਬਾਨੀ ਕਰਕੇ ਸਾਨੂੰ ਵੋਟ ਹੀ ਦਿਓ ਸਾਨੂੰ ਮੁਹੱਬਤ ਹੀ ਕਰੋ ਤੁਸਾਂ ਤੇ ਉਹ ਲੋਕ ਹੋ ਮੇਰੇ 1,04,000 ਦੇ ਬਾਅਦ ਸਹੀ ਹੋਣੀ ਕੋ 13 ਵੀ ਲਾਏ ਮੈਂ ਕੋਈ 50 ਵੀ ਲਾਏ ਲੂਣ ਵਾਲੇ ਕੋ 24 ਵੀ ਲਾਏ ਮੈਂ ਕੋਈ ਵਾਲੇ ਤੁਸਾਂ ਗਰੀਬੇ ਦਿੱਤਾ 50,000 ਸੋਚ ਨਾ ਸਕਦਾ 10 ਵਾਰ ਮੈਂ ਨੇੜੇ ਦੀ ਗਿਆ ਦਫ਼ਤਰ ਨੇ ਮੈਂ ਕਹਿੰਦਾ ਕੁਛ 10,000 ਵੋਟ ਅਸੀਂ ਲੈ ਕੇ ਮੇਰੇ 50,000 ਵੋਟ ਪਹਿਲਾਂ ਦਾ ਸ਼ੁਕਰ ਕੀਤੇ ਤਰੇ ਮਹੀਨੇ ਬਾਅਦ ਉਹਦਾ 1,04,000 ਦਾ 45 ਵੱਜ ਗਏ 60 ਵੱਜ ਗਏ ਔਰ ਗੁਲਾਮ ਰਬਾਨੀ ਦਾ 50 ਦਾ 70 ਠੀਕ ਹੈ ਤੁਸੀਂ ਉੱਥੇ ਭੇਜ ਦੇ ਔਰ ਤੁਸਾਂ ਗਰੀਬੇ ਭੇਜ ਦੇ ਅਮੀਰ ਮੇਰੇ ਨਾਲ ਕੋਈ ਕਹਿਣਾ ਹੀ ਆਈਏ 50 ਜਾਈ ਦੂਜੀ ਗੱਲ ਹੈ ਜਨਾਬੇ ਵਾਲਾ ਕਿ ਸੁਲਤਾਨ ਹਜ਼ਰਾਉਣੀ ਉਹਨੇ ਕੋਈ ਨਹੀਂ ਮਰਿਆ ਤਾਂ ਮੈਂ ਕੋਈ ਨਾ ਮਰਿਆ ਸੀ ਮੇਰੀ ਸੀ ਪੀ ਲਿੰਕ ਵੀ ਮੁਜ਼ੱਫਰਗੜ੍ਹ ਕਨਾਲ ਹੀ ਮੈਂ ਆਪੋਜੀਸ਼ਨ ਠੀਕ ਹੈ ਮੈਂ ਮੁਜ਼ੱਫਰਗੜ੍ਹ ਕਨਾਲ ਆਪਣੇ ਮੁੜ ਤੋਂ ਗਿਰ ਕੇ ਪਾਉਣ ਤੋਂ ਆਪਣੇ ਹਲਕੇ ਤੱਕ ਕਰ ਦਿੱਤੀ ਉਹਨੇ ਵੀ ਕੋਈ ਨਹੀਂ ਪੁੱਛਦਾ ਮੈਂ ਗੁਨਾਹਗਾਰ ਹਾਂ ਔਰ ਫਿਰ ਤੇ ਮੈਂ ਤੁਹਾਡੇ ਸਾਰੇ ਦੋਸਤਾਂ ਦਾ ਸ਼ੁਕਰ ਅਦਾ ਕਰਨਾ ਔਰ ਤੁਹਾਡੀ ਧੀ ਭੈਣ ਨੂੰ ਤੁਹਾਨੂੰ ਗੱਲ ਕਰਨ ਦੀ